ਚਲੋ ਜੀ, ਗਰਮੀ ਦੇ ਸੀਜ਼ਨ ਹੋ ਚੁੱਕੇ ਸ਼ੁਰੂ। ਸੈਕਿੰਡ ਹੈਂਡ ਏ ਸੀ ਆਪਣੇ ਕੋਲ ਪਹੁੰਚ ਚੁੱਕੇ ਨੇ ਜੀ, ਕਾਫੀ ਸਾਰੇ ਸਟੋਕ ਹੈ ਜਿਹੜਾ ਕਿ ਆਪਣੇ ਕੋਲ ਇਸ ਟਾਈਮ ਆ ਚੁੱਕਿਆ। ਤਾਂ ਕਿਸੇ ਵੀ ਭਰਾ ਦਾ ਬਜਟ ਹੁੰਦਾ ਜਿਹੜਾ ਕਿ ਉਹ ਲੋ ਹੁੰਦਾ, ਨਵਾਂ ਏ ਸੀ ਖਰੀਦ ਨਹੀਂ ਸਕਦਾ, ਉਹ ਪੁਰਾਣਾ ਏ ਸੀ ਲਵਾਉਣਾ ਚਾਹੁੰਦਾ, ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ। 14 to 15-16 ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਆਪਣੇ ਕੋਲ ਸੈਕਿੰਡ ਏ ਸੀ ਤੁਹਾਨੂੰ ਮਿਲੇਗਾ, ਅਤੇ ਬਿਲਕੁਲ ਫਰੈਸ਼ ਮਿਲੇਗਾ। 3-star, 5-star, 2-star and 4-star ਕਿਸੇ ਵੀ ਕੰਪਨੀ ਦਾ ਏ ਸੀ ਆਪਣੇ ਕੋਲ ਤੁਸੀਂ ਆ ਕੇ ਸ਼ੋਪ ਉਹਦੇ ਉੱਪਰ ਬਾਏ ਕਰ ਸਕਦੇ ਹੋ। ਅਤੇ ਚਲੋ ਜੀ, ਬਹੁਤਾ ਟਾਈਮ ਨਾ ਲੈਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਆਪਾਂ ਵੀਡੀਓ ਦੇ ਵਿੱਚ ਕਾਫੀ ਸਾਰੇ ਏ ਸੀ ਜਿਹੜੇ ਕਿ ਤੁਸੀਂ ਵੇਖ ਰਹੇ ਹੋ ਇਸ ਟਾਈਮ, ਇਹ ਸਾਰਾ ਏ ਸੀ ਸਟੋਕ ਹੈ ਜਿਹੜਾ ਕਿ ਆਪਣੇ ਕੋਲ ਇਸ ਟਾਈਮ ਆ ਚੁੱਕਿਆ। ਤਾਂ ਆਓ ਜੀ ਸ਼ੁਰੂ ਕਰਦੇ ਹਾਂ ਵੀਡੀਓ ਨੂੰ। ਹਾਂਜੀ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ, ਅਸੀਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸੈਕਿੰਡ ਹੈਂਡ ਏ ਸੀ। ਤਾਂ ਬਾਈ ਵੀ ਅੱਜ ਆਪਣੇ ਨਾਲ ਹੈ, ਤਾਂ ਅੱਜ ਆਪਾਂ ਸ਼ੁਰੂ ਕਰਾਂਗੇ ਅਤੇ ਏ ਸੀਆਂ ਤੋਂ, ਅਤੇ ਦੱਸਾਂਗੇ ਤੁਹਾਨੂੰ, ਬਾਈ ਦੱਸੂਗਾ ਅੱਜ ਸਾਰੇ ਰੇਟ ਅਤੇ ਕਿਹੜਾ ਪੀਸ ਕਿਹੜੀ ਕੰਪਨੀ ਦਾ ਕਿੰਨੇ ਪ੍ਰਾਈਜ਼ ਦੇ ਵਿੱਚ ਮਿਲੂਗਾ, ਉਹ ਸਾਰਾ ਅੱਜ ਆਪਾਂ ਬਾਈ ਤੋਂ ਪੁੱਛਾਂਗੇ। ਅਤੇ ਬਾਈ ਅੱਜ ਆਪਣੇ ਨਾਲ ਹਾਜ਼ਰ ਹੋ ਚੁੱਕਿਆ, ਤਾਂ ਬਾਈ ਜੀ ਆਓ ਮਾੜਾ ਜਿਹਾ। ਇਹ ਬਾਈ ਜੀ ਨੇ ਆਪਣੇ ਸ਼ੋਪ ਦੇ ਜਿਹੜਾ ਕੀ ਕੰਮ ਕਰਦੇ ਆ, ਇਹ ਆਪਾਂ ਨੂੰ ਅੱਜ ਸਾਰੇ ਪੀਸਾਂ ਦੇ ਬਾਰੇ ਦੱਸਣਗੇ, ਕਿਹੜਾ ਕਿਹੜੇ ਕਿੰਨੇ ਪ੍ਰਾਈਜ਼ ਦੇ ਵਿੱਚ ਮਿਲੂਗਾ, ਕਿਹੜੀ ਕੰਪਨੀ ਦਾ ਪੀਸ ਮਿਲੂਗਾ, ਅਤੇ ਕੀ ਮਤਲਬ ਕਿੰਨੇ ਮਾਡਲ ਦੇ ਹੋਣਗੇ ਪੀਸ, ਅਤੇ ਕੋਈ ਲੀਕੇਜ ਵਗੈਰਾ, ਕੋਈ ਡੈਂਟ ਵਗੈਰਾ, ਇਹ ਸਾਰੀਆਂ ਚੀਜ਼ਾਂ ਆਪਾਂ ਇਸ ਬਾਈ ਤੋਂ ਅੱਜ ਕਲੀਅਰ ਕਰਾਂਗੇ। ਅਤੇ ਜੀ, ਅਤੇ ਇਹ ਸੈਕਿੰਡ ਹੈਂਡ ਵੀ ਸੀ ਏ ਸੀ ਵੀਰੇ ਤੁਸੀਂ ਰੱਖਿਆ, ਇਹ ਕੀ ਰੇਟ ਦੇ ਵਿੱਚ ਦੇ ਰਹੇ ਹੋ ਤੁਸੀਂ ਵੀਰੇ? ਇਹ ਆਪਾਂ ਸਾਰੇ ਦੇ ਅੱਡੋ ਅੱਡ ਪ੍ਰਾਈਜ਼ ਨੇ ਜੀ, 1.5 ਟਨ ਦਾ ਅੱਡ ਪ੍ਰਾਈਜ਼, 1 ਟਨ ਦਾ ਅੱਡ ਪ੍ਰਾਈਜ਼ ਮਿਲੂ। ਠੀਕ ਹੈ ਜੀ, ਆਪਣੇ ਲਏ 14,500 ਤੋਂ ਲੈ ਕੇ 16,500 ਤੱਕ, 17,000 ਤੱਕ ਵਧੀਆ ਪੀਸ ਮਿਲ ਜੀ। ਤੇ ਇਹ 1.5 ਟਨ ਦਾ ਪੀਸ ਆਪਾਂ ਨੂੰ ਕਿੰਨੇ ਪ੍ਰਾਈਜ਼ ਦੇ ਵਿੱਚ ਮਿਲੂਗਾ ਜੀ? 1.5 ਟਨ ਦਾ ਆਪਾਂ ਪੀਸ ਤੁਹਾਨੂੰ ਦੇ ਦਾਂਗੇ, 15,500 ਰੁਪਏ ਦਾ 1.5 ਟਨ ਦਾ ਪੀਸ ਮਿਲ ਜੂਗਾ। ਠੀਕ ਹੈ ਜੀ, ਕਿਹੜੀ ਕੰਪਨੀ ਦਾ ਪੀਸ ਹੋਊਗਾ ਜੀ? ਸਾਰੀ ਕੰਪਨੀ ਤੁਹਾਡੇ ਕੋਲ ਅਵੇਲੇਬਲ ਨੇ ਲਗਭਗ? ਹਾਂਜੀ, ਸਾਰੀ ਕੰਪਨੀਆਂ ਮਿਲ ਜਾਣਗੀਆਂ ਜੀ, ਡੈਕਰ ਮਿਲ ਜੂਗੀ, ਬੋਲਟਾਸ ਮਿਲ ਜੂ, ਟਾਚੀ ਹੇਅਰ, ਵੀਡੀਓਕਾਨ ਜੀ, ਗੋਦਰੇਜ, ਸਾਰੀ ਕੰਪਨੀ ਆਪਣੇ ਲਈ ਅਵੇਲੇਬਲ ਨੇ। ਠੀਕ ਹੈ, ਸਾਰੇ ਬੈਂਕਾਂ ਤੋਂ ਪੱਟੇ ਹੋਏ ਅਸੀਂ ਆਉਂਦੇ ਨੇ ਜੀ ਆਪਣੇ ਲਈ, ਆਪਾਂ ਉਹਨਾਂ ਦੀ ਸਿਰਫ ਸਰਵਿਸ ਕਰਦੇ ਹਾਂ, ਸਾਰਾ ਕੁਛ ਕੰਪਨੀ ਦਾ ਸਿਲਡ ਪੀਸ ਹੁੰਦਾ ਜੀ, ਕੰਪਰੈਸਰ ਓਰੀਜਨਲ, ਸਾਰਾ ਕੁਝ ਜੈਨੂਅਨ ਪੀਸ ਹੁੰਦਾ। ਠੀਕ ਹੈ, ਠੀਕ ਹੈ। ਤੇ ਬਾਈ ਜੀ, ਪਹਿਲਾਂ ਤਾਂ ਆਪਣੇ ਦਰਸ਼ਕ ਜਿਹੜੇ ਆਪਾਂ ਨੂੰ ਦੇਖ ਰਹੇ ਨੇ, ਉਹ ਉਹਨਾਂ ਦੀ ਪਹਿਲਾਂ ਥੋੜੀ ਜਿਹੀ ਇੱਕ ਕੰਪਲੇਂਟ ਆਈ ਸੀ, ਕਹਿੰਦੇ ਵੀ ਆਪਣੀ ਵੀਡੀਓ ਦੇ ਵਿੱਚ ਥੋੜੀ ਜਿਹੀ ਜਿਹੜੀ ਕਿ ਵੋਲਿਊਮ ਜਿਹੜੀ ਉਹ ਘੱਟ ਆ ਰਹੀ ਹੈ, ਯਾਨੀ ਕਿ ਬੈਕਗਰਾਉਂਡ ਮਿਊਜ਼ਿਕ ਜਿਹੜਾ ਸੀ ਉਹ ਜ਼ਿਆਦਾ ਆ ਰਿਹਾ ਸੀਗਾ, ਮਤਲਬ ਪਿੱਛੇ ਦਾ ਜਿਹੜਾ ਵੀ ਆ, ਤਾਂ ਉਹ ਅੱਜ ਆਪਾਂ ਕਲੀਅਰ ਕਰ ਦਿੱਤਾ ਜੀ। ਤੇ ਅੱਜ ਤੋਂ ਬਾਅਦ ਤੁਹਾਡੇ ਕੋਲ ਵੀਡੀਓ ਜਿਹੜੀ ਪੂਰੀ ਕਲੀਅਰਟੀ ਦੇ ਨਾਲ ਪਹੁੰਚੇਗੀ, ਤੇ ਵਧੀਆ ਉਸ ਤਰੀਕੇ ਨਾਲ ਪਹੁੰਚੇਗੀ। ਤੇ ਅੱਜ ਆਪਾਂ ਹੁਣ ਸ਼ੁਰੂ ਕਰਦੇ ਹਾਂ ਸਾਰੇ ਪੀਸਾਂ ਦਿਖਾਵਾਂਗੇ ਤੁਹਾਨੂੰ, ਕੱਲਾ ਕੱਲਾ ਪੀਸ ਤੇ ਬਾਈ ਜੀ ਨੂੰ ਦਿਖਾਵਾਂਗੇ। ਤਾਂ ਵੀਰੇ ਦਿਖਾਓ ਸਾਨੂੰ ਪੀਸ ਕੋਈ, ਬਾਈ ਜੀ ਮਾੜਾ ਕੈਮਰਾ ਲੈ ਕੇ ਹੋ ਕੇ। ਤਾਂ ਬਾਈ ਜੀ, ਇਹ ਕਿਹੜੀ ਕੰਪਨੀ ਦਾ ਪੀਸ ਹੈ ਜੀ? ਇਹ ਹਿਟਾਚੀ ਦਾ 1.5 ਟਨ ਦਾ ਪੀਸ। ਠੀਕ ਹੈ ਜੀ, ਇਹ ਬਿਲਕੁਲ ਓਕੇ ਹੈ ਜੀ? ਹਾਂਜੀ ਬਿਲਕੁਲ ਓਕੇ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ। ਠੀਕ ਹੈ, ਠੀਕ ਹੈ। ਤੇ ਬਾਕੀ ਦਾ ਵੀਡੀਓ ਦੇਖ ਲਈ ਹੋਣੀ ਜੀ, ਪਹਿਲਾਂ ਜਿਹੜੀ ਆਪਣਾ ਵੇਖਿਆ ਸੀ ਜਿਹੜਾ ਤੁਸੀਂ ਨੇ, ਆ ਦੇਖੋ ਕਾਫੀ ਸਾਰੇ ਬਾਈ ਕੋਲ ਪੀਸ ਪਿਆ। ਤੇ ਇੱਕ ਗੱਲ ਹੋਰ ਵੀਰੇ ਤੁਹਾਡੇ ਤੋਂ ਪੁੱਛਣੀ ਚਾਹਾਂਗਾ, ਜੇ ਤੁਸੀਂ ਕੱਲਾ ਏ ਸੀ ਦੇ ਰਹੇ ਹੋ ਨਾਲ, ਤਾਂ ਕੁਛ ਹੋਰ ਵੀ ਚੀਜ਼ ਦੇ ਰਹੇ ਹੋ ਨਾਲ ਜੀ? ਆਪਾਂ ਏ ਸੀ ਦੇ ਰਹੇ ਜੀ, ਰਿਮੋਟ ਬੱਤੀ ਨਾਲ ਗੈਸ ਦੇਵਾਂਗੇ। ਨਹੀਂ, ਤੇ ਦਿਖਾਓ ਜੀ ਅੱਗੇ ਕਿਹੜੇ ਕਿਹੜੇ ਪੀਸ ਨੇ ਜੀ? ਇਹ ਬੋਲਟਾਸ ਹੈ ਜੀ, 1.5 ਟਨ ਦਾ ਜੀ। ਕੀ ਮਾਡਲ ਹੈ ਜੀ ਇਹ? ਇਹ ਜੀ ਆਪਣੇ 17 ਮਾਡਲ ਜੀ। ਠੀਕ ਹੈ ਜੀ, ਤਾਂ ਮਤਲਬ ਕਾਫੀ ਨਵੇਂ ਏ ਸੀ ਆ ਤੁਹਾਡੇ ਕੋਲ ਜਿਹੜੇ? ਇਹ ਵੀਡੀਓ ਕਾਲ ਦਾ ਪਿਆ ਜੀ। ਠੀਕ ਹੈ ਜੀ, 1.5 ਟਨ ਦਾ ਜੀ? 1.5 ਟਨ ਦਾ ਜੀ, 2017 ਮਾਡਲ ਜੀ। ਠੀਕ ਹੈ ਜੀ, ਠੀਕ ਹੈ। ਤੁਹਾਡੇ ਕੋਲ ਕਸਟਮਰ ਕਿੱਥੋਂ ਕਿੱਥੋਂ ਤੱਕ ਦੇ ਆਉਂਦੇ ਆ ਜੀ? ਕਸਟਮਰ ਆਪਣੇ ਲਵੇ, ਮੰਨ ਕੇ ਚੱਲੋ ਜੀ, 100-100 ਕਿਲੋਮੀਟਰ ਤੋਂ ਆਉਂਦੇ ਨੇ। ਠੀਕ ਹੈ, ਆਪਣੇ ਲਵੇ ਤੁਹਾਡੇ ਅੱਗੇ ਤੁਹਾਡੇ ਕੋਲ ਮਾਲ ਵਧੀਆ ਵਿਕਦਾ ਜੀ? ਹਾਂਜੀ, ਬਹੁਤ ਵਧੀਆ ਵਿਕਦਾ ਜੀ, ਬਾਈ ਆ ਕੇ ਕਹਿ ਰਹੀ ਤੁਹਾਡੇ ਸਾਹਮਣੇ ਜੀ, ਹੁਣ ਰਾਜਸਥਾਨ ਤੋਂ ਆਏ। ਠੀਕ ਹੈ ਜੀ, ਹਾਂਜੀ। ਤੇ ਮਤਲਬ ਕਿ ਵਧੀਆ ਲੱਗਦਾ, ਕਾਫੀ ਸਾਰੇ ਜਿਹੜੇ ਕਸਟਮਰ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ, ਬਾਈਆਂ ਹੋਰ ਕੋਲ ਬਹੁਤ ਵਧੀਆ ਸੇਲ ਹੈ। ਤੇ ਪਹਿਲਾਂ ਵਾਲੀ ਵੀਡੀਓ ਤੁਸੀਂ ਵੇਖ ਲਈ ਹੈ ਜੀ, ਤਾਂ ਉਹਨੂੰ ਵੀ ਵਧੀਆ ਤੁਸੀਂ ਪਿਆਰ ਦਿੰਦੇ ਹੋ, ਤੇ ਬਹੁਤ ਦੂਰੋਂ ਦੂਰੋਂ ਬਾਈ ਇੱਥੇ ਏ ਸੀ ਨਾਲ ਆਉਂਦੇ ਨੇ। ਤੇ ਅੱਜ ਵੀ ਇੱਕ ਵਾਰ ਫਿਰ ਤੋਂ ਨਵਾਂ ਸਟੋਕ ਪਹੁੰਚ ਗਿਆ ਜੀ, ਆਹ ਦੇਖੋ ਕਿੰਨੇ ਪੀਸ ਆ ਜਿਹੜੇ ਕਿ ਤੁਸੀਂ ਪਹਿਲਾਂ ਵੀਡੀਓ 'ਚ ਵੇਖੇ ਹੋਣੇ ਆ, ਅਤੇ ਇੱਕ ਵਾਰ ਫਿਰ ਤੋਂ ਦੇਖ ਲਓ ਜੀ, ਬਹੁਤ ਵਧੀਆ ਕੰਡੀਸ਼ਨ ਹੈ ਪੀਸਾਂ। ਐਡਰੈਸ ਵਗੈਰਾ ਅਤੇ ਇਹ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ। ਅਤੇ ਬਾਈ ਜੀ, ਤੁਹਾਡੀ ਸ਼ੋਪ ਕਿੱਥੇ ਪੈਂਦੀ ਹੈ ਜੀ? ਆਪਣਾ ਤਲਵਾੜਾ ਰੋਡ ਫਾਟਕ ਵਾਲਾ ਜੀ। ਠੀਕ ਹੈ, ਠੀਕ ਹੈ। ਇੱਧਰੋਂ 2 ਜੋੜਾ ਪੰਪ ਆਣਗੇ ਜੀ, ਪੈਟਰੋਲ ਪੰਪ। ਠੀਕ ਹੈ, ਤਲਵਾੜਾ ਰੋਡ ਫਾਟਕ ਵਾਲਾ ਜੀ। ਠੀਕ, ਬਾਕੀ ਆਪਾਂ ਐਡਰੈਸ ਲੋਕੇਸ਼ਨ ਡਿਸਕ੍ਰਿਪਸ਼ਨ ਦੇ ਦਾਂਗੇ ਜੀ। ਠੀਕ ਹੈ ਜੀ, ਨੰਬਰ ਵਗੈਰਾ ਵੀ ਤੁਹਾਡੇ ਮਿਲ ਜਾਣਗੇ ਜੀ, ਜਿਹਨੇ ਵੀ ਫੋਨ ਕਰਕੇ ਆਉਣਾ ਹੋਵੇ। ਅਤੇ ਸਭ ਤੋਂ ਵੱਡੀ ਗੱਲ ਹੈ, ਤੁਸੀਂ ਬਾਈ ਜੀ ਥੋੜ੍ਹਾ ਜਿਹਾ ਦੱਸੋ ਵੀ ਜਿਹੜੇ ਤੁਹਾਡੇ ਕੋਲ ਕਸਟਮਰ ਆਉਂਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਵੀ ਫੋਨ ਕਰਕੇ ਆਏ ਹੋ ਜਾਂ ਇੱਦਾਂ ਹੀ ਤੁਹਾਡੇ ਕੋਲ ਆ ਜਾਂਦੇ ਆ?
ਹਾਂਜੀ ਇਹ ਵੀ ਬਹੁਤ ਮਤਲਬ ਸ਼ਿਕਾਇਤਾਂ ਆਉਂਦੀਆਂ ਨੇ ਕਸਟਮਰਾਂ ਦੀਆਂ ਵੀ ਵੀਡੀਓ ਚ ਤਾਂ ਬਹੁਤ ਪੀਸਦੀ ਹੈ ਨਾ ਠੀਕ ਹੈ ਨੀ ਅਗਲਾ ਕਿਉਂਕਿ ਵੀਡੀਓ ਦੇਖਦੇ ਜੀ ਹਾਂਜੀ ਜ਼ਿਆਦਾਤਰ ਵੀਡੀਓ ਦੇਖ ਕੇ ਆਪਣੇ ਲਈ ਬੰਦੇ ਆਉਂਦੇ ਨੇ ਠੀਕ ਹੈ ਫਿਰ ਉਹ ਵੀਡੀਓ ਦੇਖਦੇ ਨੇ ਉਰੇ ਦੁਕਾਨ ਤੇ ਆ ਕੇ ਦੇਖਦੇ ਨੇ ਬਈ ਪੀਸ ਤਾਂ ਇੰਨੇ ਹੈ ਨੀ ਯਾਰ ਜਿੰਨੇ ਵੀਡੀਓ ਦਿਖਾ ਰਹੇ ਹਾਂਜੀ ਹਾਂਜੀ ਇਹ ਬਹੁਤ ਸ਼ਿਕਾਇਤ ਆਉਂਦੀ ਹੈ ਠੀਕ ਹੈ ਇਸ ਕਰਕੇ ਜੀ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਆਪਾਂ ਨੂੰ ਇਹ ਸ਼ਿਕਾਇਤ ਨਾ ਕਰਨ ਕਿਉਂਕਿ ਜੀ ਪੀਸ ਅੱਜ ਪਏ ਨੇ ਅੱਜ ਆਏ ਨੀ ਪਤਾ ਅੱਜ ਸ਼ਾਮ ਤੱਕ ਵਿਕ ਜਾਣ ਜੀ ਠੀਕ ਹੈ ਜਿਹੜਾ ਬਾਈ ਵੀ ਪੀਸ ਲੈਣ ਆਵੇ ਜੀ ਬੜੀ ਦੂਰੋਂ ਦੂਰੋਂ ਆਉਂਦੇ ਨੇ ਹਨਾ ਫਿਰ ਆਉਣ ਚ ਮੁਸ਼ਕਿਲ ਹੁੰਦੀ ਹੈ ਜੀ ਹਾਂਜੀ ਹਾਂਜੀ ਇਸ ਕਰਕੇ ਉਰੇ ਮਾਲ ਨਾ ਮਿਲੇ ਤਾਂ ਵੀ ਮੁਸ਼ਕਿਲ ਹੋ ਜਾਂਦੀ ਜੀ ਠੀਕ ਇਸ ਕਰਕੇ ਜੀ ਭਾਈ ਫੋਨ ਕਰਕੇ ਆਉਣਾ ਜੀ ਆਪਾਂ ਡਿਸਕ੍ਰਿਪਸ਼ਨ ਚ ਨੰਬਰ ਦੇ ਦਾਂਗੇ ਠੀਕ ਹੈ ਜਿਹੜੇ ਬਾਈ ਨੇ ਵੀ ਪੀਸ ਲੈਣਾ ਜੀ ਪਹਿਲਾਂ ਫੋਨ ਕਰੋ ਜੀ ਫਿਰ ਆਓ ਜੀ ਪੀਸ ਮਿਲੇ ਬਾਈ ਠੀਕ ਹੈ ਤਾਂ ਠੀਕ ਹੈ ਜੀ ਹਾਂਜੀ ਫਿਰ ਵੀਡੀਓ ਕਿਵੇਂ ਲੱਗੀ ਬਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਉਹ ਤੁਹਾਨੂੰ ਉਹ ਤੁਸੀਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਮੇਰੇ ਹੋਰ ਭਰਾਵਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਤੇ ਨਾਲ ਹੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਨਾ ਭੁੱਲਣਾ ਜੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।